ਦਾ ਮੇਰੀ ਜਿੰਨੀ ਵੀ ਪ੍ਰੈਸ ਵੀਰ ਆਏ ਨੇ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਜੋ ਅੱਜ ਮੈਨੂੰ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਸਿਹਤ ਮੰਤਰੀ ਪੰਜਾਬ ਉਹਨਾਂ ਦੇ ਆਸ਼ੀਰਵਾਦ ਨਾਲ ਮੈਨੂੰ ਆਰਤੀ ਸਟੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੈਂ ਉਹਨਾਂ ਦੇ ਪੂਰਨਿਆਂ ਨੂੰ ਪੂਰ ਕਰਦਾ ਹੋਇਆ ਆੜਤੀਆਂ ਦੀ ਸੇਵਾ ਦੇ ਵਿੱਚ ਸਦਾ ਹਾਜ਼ਰ ਰਹੂੰਗਾ। ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਜੋ ਪਿੱਛੇ ਧੱਕੇ ਹੋਏ ਜਾਂ ਕੁਛ ਵੀ ਹੋਇਆ ਉਹ ਆਪਾਂ ਹਰ ਇੱਕ ਆੜਤੀ ਦੀ ਚਾਹੇ ਛੋਟਾ ਚਾਹੇ ਵੱਡਾ ਇੱਕ ਬਰਾਬਰ ਰੱਖ ਕੇ ਸੇਵਾ ਕਰਨੀ ਹੈ। ਕੀ ਅੱਜ ਮਤਲਬ ਇਕੱਲੇ ਪ੍ਰਧਾਨਗੀ ਚੁਣਿਆ ਗਿਆ ਕਿ ਪੂਰੀ ਟੀਮ ਚੁਣੀ? ਨਹੀਂ, ਅੱਜ ਇੱਕ ਸਿਰਫ ਇੱਕ ਪ੍ਰਧਾਨਗੀ ਦੀ ਚੋਣ ਹੋਈ ਹੈ, ਬਾਕੀ ਜੋ ਮਤਲਬ ਅਹੁਦੇਦਾਰੀਆਂ ਨੇ ਉਹ ਸਲਾਹ ਮਸ਼ਵਰੇ ਨਾਲ ਸਾਡੇ ਮੈਂਬਰਾਂ ਦੇ ਨਾਲ ਉਹ ਬਾਅਦ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ। ਜਿਵੇਂ ਆਪਾਂ ਪਿੱਛੇ ਦੇਖਦੇ ਰਹੇ ਹਾਂ ਵੀ ਉੱਥੇ ਸੀਜ਼ਨ ਦੇ ਵਿੱਚ ਆ ਕੇ ਬਾਰਦਾਨੇ ਦੀ ਲਾ ਲਓ ਜਾਂ ਟਰੱਕਾਂ ਦੀ ਲਾ ਲਓ ਕੋਈ ਨਾ ਕੋਈ ਦਿੱਕਤ ਆਉਂਦੀ ਰਹਿੰਦੀ ਹੈ, ਤੁਸੀਂ ਇਸ ਉੱਤੇ ਨੂੰ ਕਿਸ ਤਰ੍ਹਾਂ ਕਰੋਗੇ? ਸਾਡੀ ਮੰਤਰੀ ਸਾਹਿਬ ਨਾਲ ਵੀ ਸਰਦਾਰ ਬਲਕਾਰ ਸਿੰਘ ਜੀ ਬੈਠੇ ਨੇ, ਇਹਨਾਂ ਨਾਲ ਵੀ ਇੱਕੋ ਹੈ ਵੀ ਅਸੀਂ ਟਰੱਕ ਯੂਨੀਅਨ ਹੋਵੇ ਅਤੇ ਬਾਰਦਾਨੇ ਦੀ ਸਮੱਸਿਆ ਹੋਵੇ, ਉਹ ਪਹਿਲੀ ਇੰਤਜ਼ਾਮ ਹੋ ਚੁੱਕਿਆ ਬਾਰਦਾਨੇ ਦਾ, ਨਾ ਬਾਰਦਾਨੇ ਦੀ ਸਮੱਸਿਆ ਆਉਣੀ ਹੈ ਕੋਈ, ਨਾ ਟਰੱਕਾਂ ਦੀ ਆਉਣੀ ਹੈ। ਅਤੇ ਮੰਤਰੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਸੀਜ਼ਨ ਦੇ ਵਿੱਚ ਸਾਰੇ ਮਤਲਬ ਰਲ ਮਿਲ ਕੇ ਆਪਾਂ ਨੇ ਇਹ ਸੀਜ਼ਨ ਪੂਰਨ ਕਰਨੀ ਵਾਲਾ। ਵਿੱਚ ਆੜਤੀ ਐਸੋਸੀਏਸ਼ਨ ਦਾ ਜਨਰਲ ਇਜਲਾਸ ਬੁਲਾਇਆ ਗਿਆ ਸੀ, ਉੱਥੇ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਮੰਤਰੀ ਜੀ ਦੀ ਰਹਿਨਮਾਈ 'ਚ ਸਾਡੀ ਇੱਕ ਇਲੈਕਸ਼ਨ ਕਮੇਟੀ ਬਣਾਈ ਗਈ ਸੀ, ਜਿਹਦੇ ਵਿੱਚ ਮੈਂ, ਪਵਨ ਜੀ ਅਤੇ ਆਪਣਾ ਜੀਵਨ ਜੀ, ਸਾਡੀ ਜ਼ਿੰਮੇਵਾਰੀ ਲਾਈ ਸੀ ਵੀ ਕਿ ਤੁਸੀਂ ਆੜਤੀ ਐਸੋਸੀਏਸ਼ਨ ਦੀ ਚੋਣ ਕਰਵਾ ਕੇ ਦਿਓ ਤਾਂ ਅਸੀਂ ਆਪਣੀ ਬੁੱਧੀ ਨੂੰ ਸਹੀ ਰੱਖਦੇ ਹੋਏ ਸਰਬਸੰਮਤੀ ਨਾਲ ਸਾਰੀਆਂ ਲਾਈਨਾਂ 'ਚੋਂ ਸਾਨੂੰ ਮੈਂਬਰ ਚੁਣ ਕੇ ਆਪਣੇ ਆਪ ਹੀ ਲੋਕਾਂ ਨੇ ਭੇਜਤੇ। 15 ਮੈਂਬਰ ਸਾਰੀਆਂ ਲਾਈਨਾਂ 'ਚੋਂ ਚੁਣ ਕੇ ਆਏ ਗਏ, ਅੱਜ ਪਟਿਆਲੇ ਉਹਨਾਂ ਦੀ ਮੀਟਿੰਗ ਰੱਖੀ ਗਈ, ਆਪਣੇ ਮੰਤਰੀ ਜੋੜਾ ਮਾਜਰਾ ਸਾਹਿਬ ਵੀ ਉੱਥੇ ਸਾਡੀ ਰਹਿਨਮਾਈ ਕੀਤੀ, ਉਹਨਾਂ ਨੇ ਹਾਜ਼ਰ ਹੋਏ। ਉਸ ਦੇ ਵਿੱਚ ਸੰਦੀਪ ਗਰਗ ਜੀ ਨੂੰ 15 ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਧਾਨਗੀ ਦਾ ਮਤਾ ਪਾ ਕੇ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਕੁੱਲ ਆਪਣੀ ਕਿੰਨੇ ਆੜਤੀ ਨੇ ਜੀ? ਆੜਤੀ ਟੋਟਲ ਤਾਂ ਮੇਰਾ ਖਿਆਲ 250 ਕੇ ਕਰੀਬ, ਮਤਲਬ ਹੈ 273 ਆੜਤੀਆਂ ਕਰੀਬ ਹੈਗੇ, ਜਿਹੜੇ ਇੱਕ ਲਾਈਨ 'ਚੋਂ ਇੱਕ ਮੈਂਬਰ ਜਾਂ ਕੁਛ ਲਾਈਨਾਂ 'ਚੋਂ ਦੋ ਮੈਂਬਰ ਬਣਦੇ ਹਨ, ਟੋਟਲ 15 ਮੈਂਬਰ ਬਣਦੇ ਹਨ। ਪ੍ਰਧਾਨ ਜੀ ਬਣ ਗਏ, ਹੁਣ ਇਹਨਾਂ ਨੇ ਆਪਣੀ ਬੋਡੀ ਆਪ ਬਣਾਉਣੀ ਹੈਗੀ ਆ, ਕਿਹਨੂੰ ਪ੍ਰਧਾਨ ਸੈਕਟਰੀ ਬਣਾਉਂਦੇ ਹਾਂ, ਕਿਹਨੂੰ ਵਾਈਸ ਪ੍ਰਧਾਨ ਬਣਾਉਂਦੇ ਹਾਂ, ਜਾਂ ਕਿਸੇ ਮੈਂਬਰ ਨੂੰ ਆਪਸ਼ਨ 'ਚ ਵੀ ਆ ਲੈ ਸਕਦੇ ਹੈਗੇ ਆ, ਜੋ ਇਹਨਾਂ ਨੂੰ ਮੁਨਾਸਬ ਠੀਕ ਲੱਗੂਗਾ ਉਸ ਤਰੀਕੇ ਨਾਲ ਕਰੇਂਗੇ। ਸਾਡਾ ਪਹਿਲਾਂ ਵੀ ਇਹਨਾਂ ਨਾਲ ਸਾਥ ਰਿਹਾ ਹੈਗਾ, ਹੁਣ ਵੀ ਅਸੀਂ ਇਹਨਾਂ ਨਾਲ ਜੋ ਵੀ ਸਾਡੀ ਆ ਕੋਈ ਜ਼ਿੰਮੇਵਾਰੀ ਲਾਵਾਂਗੇ, ਅਸੀਂ ਇਹਨਾਂ ਨੂੰ ਪੂਰਾ ਸਾਥ ਦੇਵਾਂਗੇ ਤਾਂ ਕਿ ਇਹ ਐਸੋਸੀਏਸ਼ਨ ਸਮੂਥਲੀ ਤਰੀਕੇ ਨਾਲ ਚੱਲੇ ਤਾਂ ਕਿਸੇ ਵੀ ਭਾਈ ਨੂੰ ਕੋਈ ਦਿੱਕਤ ਨਾ ਆ। ਦੇਖੋ ਜੀ, ਸਾਰੇ ਮੈਂਬਰਾਂ ਨੇ ਰਲ ਕੇ ਅੱਜ ਜਿਹੜਾ ਪ੍ਰਧਾਨ ਨਿਯੁਕਤ ਕੀਤੇ ਗਏ ਨੇ ਸੰਜੂ ਜੀ, ਅਤੇ ਸਾਰਿਆਂ ਨੇ ਇਹ ਸੋਚ ਕੇ ਕੀਤਾ ਵੀ ਜੋ ਪਿੱਛੇ ਹੋਇਆ ਬੜਾ ਵਧੀਆ, ਜਿਹੜੀਆਂ ਕਮੇਟੀਆਂ ਰਹੀਆਂ ਉਹਨਾਂ ਨੇ ਕੰਮ ਕੀਤਾ, ਅੱਗੇ ਨੂੰ ਗਾਹਾਂ ਨੂੰ ਜਿਹੜੀ ਕਮੇਟੀ ਸਾਡੀ ਨਵੀਂ ਬਣੀ ਹੈ, ਜਿੰਨੇ ਮੈਂਬਰ ਸਾਹਿਬਾਨ ਬਣੇ ਨੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੂੰ ਨਾਲ ਲੈ ਕੇ ਉਦੋਂ ਵਧੀਆ ਚੰਗਾ ਕੰਮ ਕਰਕੇ ਦਿਖਾਵਾਂਗੇ, ਸਾਰੇ ਜਣੇ ਰਲ ਕੇ, ਕਿਸੇ ਨਾਲ ਕੋਈ ਭੇਦਭਾਵ ਨਹੀਂ ਹੋਊਗਾ, ਤਾਂ ਕਿ ਲੋਕ ਸਾਨੂੰ ਆਉਣ ਵਾਲੇ ਸਮੇਂ 'ਚ ਜਿੰਨੀ ਟੀਮ ਬਣੀ ਹੈ ਉਹਨੂੰ ਯਾਦ ਕਰੇ ਅਤੇ ਦੁਬਾਰ ਤੋਂ ਇਹਨਾਂ ਮੈਂਬਰਾਂ ਨੂੰ ਇਹ ਉਹ ਹੱਥ ਬੰਨ ਕੇ ਕਹਿਣ ਵੀ ਐਗਤੀ ਫਿਰ ਤੁਸੀਂ ਅਗਲੇ ਜਿਹੜੇ 2 ਸਾਲ ਨੇ ਐਗਤੀ ਫਿਰ ਲਾਓ। ਇਸ ਕਰਕੇ ਉਮੀਦ ਕਰਦੇ ਹਾਂ ਅਸੀਂ ਸੰਜੂ ਜੀ ਦੇ ਵੀ ਇਹ ਸਭ ਨੂੰ ਨਾਲ ਲੈ ਕੇ ਚੱਲਣਗੇ। ਇਹ 2 ਸਾਲ ਵਾਸਤੇ ਟੀਮ ਹੈ ਜਿਹੜੀ, ਇਹ ਚੁਣੀ ਗਈ ਹੈ ਜੀ, ਅਗਲੇ 2 ਸਾਲ ਬਾਅਦ ਕੀ ਹੁੰਦਾ ਉਹ ਫਿਰ ਡਿਸਾਈਡ ਕਰਾਂਗੇ। ਸਾਡੇ ਇੱਧਰ ਪ੍ਰਧਾਨ ਜੀ ਵੀ ਬੈਠੇ ਨੇ ਨਾਲ, ਸਾਡੇ ਪਵਨ ਜੀ, ਅਤੇ ਬੜਾ ਇਹਨਾਂ ਨੇ ਸਾਡੀ ਜਿਹੜੀ ਟੀਮ 3 ਮੈਂਬਰੀ ਅਸੀਂ ਕਮੇਟੀ ਬਣਾਈ, ਇਹਨਾਂ ਨੇ ਬੜੇ ਸੋਹਣੇ ਢੰਗ ਨਾਲ ਸਾਨੂੰ ਗਾਈਡ ਕਰਕੇ ਇਹ ਟੀਮ ਹੈ ਜਿਹੜੀ ਉਹ ਸਾਰੀ ਪ੍ਰੋਪਰ ਤਰੀਕੇ ਨਾਲ ਬਣਾਈ ਹੈ। ਅੱਜ ਜਿਹੜੀ ਨਵੀਂ ਬਾਡੀ ਚੁਣੀ ਗਈ ਆ, ਪਹਿਲੀ ਵਾਰੀ ਹੋਇਆ ਮੇਰੇ ਹਿਸਾਬ ਇਤਿਹਾਸ ਦੇ ਵਿੱਚ ਵੀ ਸਾਡੇ ਪੰਜਾਬ ਦੇ ਸਿਹਤ ਮੰਤਰੀ ਦੀ ਰਹਿਨਮਾਈ ਦੇ ਵਿੱਚ ਟੀਮ ਸੰਭਾਲਣ ਦੀ ਕਮੇਟੀ ਬਣਾਈ ਗਈ ਆ। ਬਹੁਤ ਹੀ ਸੁਚੱਜਾ ਅਤੇ ਪਾਰਦਰਸ਼ੀ ਢੰਗ ਨਾਲ ਅਸੀਂ ਇਲੈਕਸ਼ਨ ਕਰਾਈ ਆ, ਸਾਡੀ ਜ਼ਿੰਮੇਵਾਰੀ ਲਾਈ ਸੀ, 3 ਮੈਂਬਰੀ ਕਮੇਟੀ ਬਣਾਈ ਸੀ, ਸਾਡੇ ਚੇਅਰਮੈਨ ਸੁਰੇਸ਼ ਪੀਪਲ ਵਾਲੇ ਸੀ, ਅਸੀਂ ਸਾਰੇ ਆੜਤੀਆਂ ਦੇ ਵਿੱਚੋਂ ਜਿਵੇਂ ਸਿਸਟਮ ਪਰੰਪਰਾ ਪਹਿਲਾਂ ਚੱਲੀ ਹੋਈ ਸੀ ਉਸੇ ਪਰੰਪਰਾ ਦੇ ਮੁਤਾਬਕ ਮੈਂਬਰ ਚੁਣ ਕੇ ਲੈ ਕੇ ਗਏ। 15 ਮੈਂਬਰ ਕਮੇਟੀ ਬਣੀ ਤਾਂ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦੀ ਰਹਿਨਮਾਈ ਦੇ ਵਿੱਚ 15 ਮੈਂਬਰਾਂ ਦੇ ਵਿੱਚੋਂ
संजू ककराले वाले ਜ਼ਿਲ੍ਹਾ ਮੰਡੀ ਦਾ ਪ੍ਰਧਾਨ ਨਿਯੁਕਤ ਕੀਤਾ।